ਅਯੁੱਧਿਆ 'ਚ ਰਾਮ ਮੰਦਰ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਅਸੀਂ ਸਾਰੇ ਹੀ ਅੱਜ ਬਹੁਤ ਜ਼ਿਆਦਾ ਪੂਰਾ ਭਾਰਤ ਵਰਸ਼, ਸਾਡਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਪੂਰਾ ਪੰਜਾਬ ਅੱਜ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ 500 ਸਾਲ ਬਾਅਦ ਇਸ ਵਾਗਾ ਦਿਨ ਆਇਆ ਅਤੇ ਬਹੁਤ ਵਧੀਆ ਲੱਗ ਰਿਹਾ। ਜਿਵੇਂ ਫਤਿਹਗੜ੍ਹ ਸਾਹਿਬ ਆਪਾਂ ਮੰਦਰ 'ਚ ਮੱਥਾ ਟੇਕਣ ਆ ਰਹੇ ਹਾਂ, ਬੱਸੀ 'ਚ ਜਾ ਰਹੇ ਹਾਂ, ਸਾਡੇ ਨਾਲ ਸਾਡੇ ਸਾਬਕਾ ਪ੍ਰਧਾਨ ਸਕੂਲ ਸਾਹਿਬ ਸਾਧੂ ਰਾਮ ਮੇਰੇ ਵੱਡੇ ਭਰਾ, ਉਹ ਚੇਚੇ ਤੌਰ 'ਤੇ ਇੱਥੇ ਪਹੁੰਚੇ ਨੇ। ਬਾਬਾ ਜੀ ਅੰਸਾਲੀ ਸਾਹਿਬ ਨਾਲੇ ਵੀ ਮੱਥਾ ਇੱਥੇ ਟੇਕੇ ਗਏ ਹੈ। ਇਹ ਸਹੀ ਮਹੀਨਿਆਂ 'ਚ ਆਪਾਂ ਨੂੰ ਬਹੁਤ ਵਧੀਆ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਮਾਜ 'ਚ ਆਪਾਂ ਕਿਵੇਂ ਆਪਾਂ ਮਾਨਵਤਾ ਇਨਸਾਨ ਦੇ ਸਕਦੇ ਹਾਂ ਚੰਗੇ ਕੰਮ ਕਰਕੇ। ਜਿਵੇਂ ਰਾਮ ਜੀ ਨੇ ਬਹੁਤ ਵੱਡੇ ਆਪਣੇ ਕੰਮ ਕੀਤੇ ਨੇ ਅਤੇ ਬਹੁਤ ਵੱਡੀ ਉਹਨਾਂ ਦੀ ਸ਼ਰਧਾ ਹੈ ਕਿ ਹਮੇਸ਼ਾ ਹੀ ਆਪਾਂ ਇਹਨਾਂ ਦਾ ਆਸ਼ੀਰਵਾਦ ਲੈ ਕੇ ਦੁਨੀਆ ਚੱਲੀਏ, ਸਮਾਜ ਚੱਲੀਏ, ਤਾਂ ਆਪਾਂ ਵਧੀਆ ਕੰਮ ਕਰ ਸਕੀਏ। ਇਹੀ ਸੰਦੇਸ਼ ਮਹਾਰਾਜ ਸਾਹਿਬ ਰਾਮ ਜੀ ਨੇ ਸ਼੍ਰੀ ਰਾਮ ਜੀ ਨੇ ਦਿੱਤਾ ਅਤੇ ਆਉਣ ਵਾਲੇ ਟਾਈਮ 'ਚ ਅਸੀਂ ਵੀ ਇੱਦਾਂ ਹੀ ਆਪਣਾ ਵਧੀਆ ਸਮਾਜ ਵਿਚਰੀਏ। ਅਤੇ ਮੈਂ ਲਾਸਟ ਅਯੁੱਧਿਆ ਮੰਦਰ 'ਤੇ ਅਤੇ ਅਸੀਂ ਜਾ ਕੇ ਬਾਅਦ 'ਚ ਸਾਡੀ ਪਾਰਟੀ ਵੀ ਉੱਥੇ ਜਾ ਕੇ ਚੇਚੇ ਤੌਰ 'ਤੇ ਮੱਥਾ ਟੇਕਣ ਜਾਵਾਂਗੇ। ਜਿਵੇਂ ਬਹੁਤ ਬਹੁਤ ਵੱਡੇ ਵੱਡੇ ਅੱਜ ਇੰਡਸਟਰੀਲਿਸਟ, ਚਾਹੇ ਅਵਾਨੀ ਵਰਗੇ ਹੋਣ, ਚਾਹੇ ਅਮਿਤਾਭ ਬੱਚਨ ਵਰਗੇ ਹੋਣ, ਚਾਹੇ ਰਜਨੀਕਾਂਤ ਵਰਗੇ ਸਾਡੇ, ਉਹ ਵੀ ਅੱਜ ਉੱਥੇ ਜਾ ਕੇ ਆਪਣੇ ਮੱਥਾ ਟੇਕ ਰਹੇ ਨੇ। ਬਹੁਤ ਵਧੀਆ, ਮੈਂ ਵਧਾਈ ਦਿੰਦਾ ਸਾਰਿਆਂ ਨੂੰ, ਆਪਣੇ ਡਿਸਟ੍ਰਿਕਟ ਨੂੰ, ਸਾਡੇ ਪੰਜਾਬ ਵਾਸੀਆਂ ਨੂੰ, ਕਿਉਂ ਆਪਾਂ ਇਕੱਠੇ ਹੋ ਕੇ ਇਹ ਬੜੇ ਸ਼ਰਧਾ ਨਾਲ ਆਪਣੇ ਤਿਆਰ ਬਣਾਏ। ਅੱਜ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਜਿਹੜਾ ਉਸਾਰੀ ਹੋ ਰਹੀ ਹੈ, ਰਾਮ ਚੰਦਰ ਜੀ ਦੀ ਫੋਟੋ ਲੱਗ ਰਹੀ ਹੈ, ਕਈ ਸਾਲਾਂ ਬਾਅਦ ਇਹ ਲੋਕ ਡਿੱਗ ਰਹੇ ਸੀ, ਅੱਜ ਵਧੀ ਸਾਰੇ ਦੇਸ਼ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਗੁੱਜੇ ਦਾ ਮਾਹੌਲ ਬਣਿਆ ਹੋਇਆ ਕਿ ਰਾਮ ਚੰਦਰ ਭਗਵਾਨ ਜੀ ਦੀ ਅੱਜ ਜੋ ਮੂਰਤੀ ਪ੍ਰਤਿਸ਼ਠਾ ਹੋ ਰਹੀ ਹੈ ਉਰੇ ਵੀ ਮਾਈ ਨਾਦੀ ਧਰਮਸਾਲਾ ਦੇ ਵਿੱਚ ਸੱਚਖੰਡ ਆਪਣੇ ਸੱਚਖੰਡ ਬਾਬੀ ਅਜੀਤ ਸਿੰਘ ਜੀ ਸਾਲੀ ਵਾਲੇ ਦੇ ਡੇਰੇ ਤੋਂ ਬਾਬਾ ਪਰਮਜੀਤ ਸਿੰਘ ਜੀ ਉਹ ਵੀ ਹੁਣ ਇੱਥੇ ਆ ਕੇ ਗਏ ਹੈ, ਸੰਗਤਾਂ ਨੂੰ ਆਸ਼ੀਰਵਾਦ ਦੇ ਕੇ ਗਏ ਹਾਂ। ਮੈਂ ਸਾਰਿਆਂ ਨੂੰ ਅੱਜ ਦਿੱਤੇ ਸਾਰੇ ਦੇਸ਼ ਵਾਸੀਆਂ ਨੂੰ, ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਰਾਮ ਚੰਦਰ ਜੀ ਦੇ ਜੋ ਮੂਰਤੀ ਉਹਨਾਂ ਦੀ ਪ੍ਰਤਿਸ਼ਠਾ ਹੋ ਰਹੀ ਆ ਰਹੀ ਵਿੱਚ ਮੌਕੇ 'ਤੇ ਮਾਤਾ ਨਾਨਕੀ ਧਰਮਸਾਲਾ ਆਉਂਦੇ, ਸੰਤ ਮਹਾਰਾਜ ਜੀ ਵੀ ਪਹਿਲਾਂ ਵੀ ਆਉਂਦੇ ਹੁੰਦੇ ਸੀਗੇ ਅਤੇ ਅੱਜ ਹਰੇਕ ਖੁਸ਼ੀ ਦੇ ਮੌਕੇ 'ਤੇ ਆਉਂਦੇ ਹਾਂ ਅਤੇ ਸਾਨੂੰ ਵੀ ਸੰਗਤਾਂ ਨੇ ਇੱਥੇ ਦਰਸ਼ਨ ਬਖਸ਼ੇ ਹਨ, ਅਸੀਂ ਵੀ ਦਰਸ਼ਨ ਸਤਿਗੁਰ ਅੱਗੇ ਸਾਰਿਆਂ ਦੇ ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਪਿਆਰ ਸਤਿਕਾਰ ਅਤੇ ਆਪਸ ਵਿੱਚ ਭਾਈਚਾਰਾ ਮੇਲ ਚਾਲ ਸਾਰੇ ਸੰਸਾਰ ਦੀ ਸ਼ਾਂਤੀ ਹੋ ਜਾਵੇ। ਅੱਜ ਖੁਸ਼ੀ ਦੇ ਦਿਨ ਸਾਰੇ ਅਰਦਾਸ ਕਰੋ ਅਤੇ ਸਾਰੇ ਸੰਸਾਰ ਵਿੱਚ ਸ਼ਾਂਤੀ ਹੋ ਜਾਵੇ, ਦੇਸ਼ ਗੱਲ ਵੈਰ ਨਾ ਮੰਨੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।